ਸ਼ੈਤਾਨ ਰਾਜੀਮ ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਸਭ ਤੋਂ ਪਹਿਲਾਂ ਦੇਖਣ ਵਾਲੇ ਸਾਰਿਆਂ ਦੋਸਤਾਂ ਭੈਣ ਭਰਾ ਕੇ ਅਸਲਾਮ ਵਾਲੇਕੁਮ। ਉਮੀਦ ਕਰ ਸਕਦੇ ਜੀ ਦੇਖਣ ਵਾਲੇ ਸਾਰੇ ਦੋਸਤ ਭੈਣ ਭਰਾ ਠੀਕ ਠਾਕ ਹੋ ਸੋ, ਅੱਲਾਹ ਤਾਲਾ ਨੇ ਹਿਫਜ਼ੋ ਅਮਾਨ ਹੀ ਚੋਸੋ। ਅੱਜ ਕੋਈ ਮਾੜੀ ਤਬੀਅਤ ਖਰਾਬ ਹੈ ਤਾਂ ਤੁਸਾਂ ਸਾਰਿਆਂ ਭੈਣ ਭਰਾ ਅੱਗੇ ਰਿਕੁਐਸਟ ਹੈ ਕਿ ਸਪੈਸ਼ਲੀ ਦੁਆ ਕਰ ਸੋ ਕਿ ਅੱਲਾਹ ਪਾਕ ਨੇ ਜ਼ਾਤ ਸਿਹਤਯਾਬੀ ਅਤਾ ਫਰਮਾਏ। ਔਰ ਉਸ ਤੋਂ ਬਾਅਦ ਜਨਾਬ ਸਾਡੇ ਪਿਆਰੇ ਦੋਸਤ ਉਸਮਾਨ ਆਜ਼ਮ ਓਫਿਸ਼ਲ ਜਿਨ੍ਹਾਂ ਨੇ ਯੂਟਿਊਬ ਚੈਨਲ ਹੈ, ਬਿਲਕੁਲ ਕੱਲ੍ਹ ਸਾਡੇ ਨਾਲ ਹੀ ਸੀ, ਅਸਾਂ ਇੱਕ ਸ਼ਾਦੀ ਉੱਪਰ ਇਕੱਠੇ ਹੀ ਸਾਂ, ਤਾਂ ਉਹਨਾਂ ਅੱਜ ਤੋਂ ਕੋਈ ਦੋ ਤਰੇ ਦਿਨ ਪਹਿਲੇ ਸਿਆਖ ਇੱਕ ਬੜੀ ਪਿਆਰੀ ਵੀਡੀਓ ਬਣਾਈ ਸੀ ਜਨਾਬ ਕਸ਼ਮੀਰ ਪੈਂਥਰ ਗਰੁੱਪ ਵਾਲੇ ਜਨਾਬ ਅਜ਼ਹਰ ਭੱਟੀ ਸਾਹਿਬ, ਉਹਨਾਂ ਨੇ ਘਰ ਕੋਈ ਦਾਵਤ ਸੀ ਅਤੇ ਬੜੀ ਪਿਆਰੀ ਉਹਨਾਂ ਵੀਡੀਓ ਬਣਾਈ ਸੀ, ਅੱਜ ਖੁਦ ਵੀ ਦੱਸਾਂ ਅਤੇ ਤੁਸਾਂ ਕੀ ਉਹ ਵੀਡੀਓ ਦੱਸਾਂ ਇੱਕ ਰਿਐਕਸ਼ਨ ਦੇ ਤੌਰ 'ਤੇ, ਪਰ ਉਮੀਦ ਕਰਦਾ ਇਨਸ਼ਾਅੱਲਾ ਤੁਸਾਂ ਕੀ ਪਸੰਦ ਸੀ ਹੈ। ਬਹੁਤ ਹੀ ਪਿਆਰੇ ਅੰਕਲ ਹੈ ਜਨਾਬ ਅਜ਼ਹਰ ਪਹਿਲਵਾਨ ਭੱਟੀ ਸਿਆਖ, ਉਹਨਾਂ ਨੇ ਕਾਰ ਹੈ ਜਨਾਬ ਦਾਵਤ। ਕੀ ਹਾਲ ਹੈ, ਸੁਣਾਓ। ਅਲਹਮਦੁਲਿਲਾ, ਵੈਲਕਮ ਵੈਲਕਮ ਅੰਕਲ, ਮਸੌਦ ਆਈ ਗਏ ਜੇ ਬੋਤਲਾਂ ਸ਼ੋਤਲਾਂ ਦੇਣੇ ਪਏ ਜਨਾਬ, ਮੁਬਾਰਕਬਾਦ ਦੇ ਰਹੇ ਭੱਟੀ ਸਾਹਿਬ ਕੀ। ਇਹਨਾਂ ਨੇ ਕੁੱਤਾ ਬੜਾ ਚੰਗਾ ਲੜ ਕੇ ਜਨਾਬ ਬਰਾਬਰ ਕੀਤਾ ਨੇ, ਨਾਲੇ ਕੋਈ ਉੱਚਾ ਸਾਹਿਬ ਫੀਕ ਨੇ ਟੀਮ ਜਨਾਬ ਸਾਰੇ ਸਣੇ ਹੈ ਗਏ ਕਾਰ ਘੋੜਾ ਬਿਸਮਿਲਲਾ ਪਾਪੇ ਹੋ ਸੁਣਾਓ ਫਿਟ ਅਲਹਮਦੁਲਿਲਾ। ਪੈਂਥਰ ਗਰੁੱਪ ਨੇ ਸਦਰ ਪਟਾਰ ਉਹ ਵੀ ਆਈ ਗਈ, ਭੱਟੀ ਸਾਹਿਬ ਦਾ ਕੁੱਤਾ ਆ ਗਿਆ ਜਨਾਬ। ਵਾਹ ਜੀ ਵਾਹ ਭੱਟੀ ਸਾਹਿਬ, ਕਿਆ ਬਾਤ ਹੈ, ਵਾਹ ਜੀ। ਫੇਰੋ ਫੇਰੋ ਆਹ
ਕਿ ਸਕਣੇ ਇਹ ਜਨਾਬ ਅੰਕਲ ਤਫੈਲ ਰੱਟੇ ਤੋਂ ਵਾਹ ਜੀ ਵਾਹ ਕਿਆ ਬਾਤ ਹੈ ਮਾਸ਼ਾਅੱਲਾ ਬਹੁਤ ਆਲਾ ਜੀ ਬਹੁਤ ਜ਼ਬਰਦਸਤ ਬੜਾ ਅੱਛਾ ਫੰਕਸ਼ਨ ਹੋਇਆ ਜਨਾਬ ਸਿਆਖ ਨੇ ਮਕਾਮ ਪਰ ਅਜ਼ਹਰ ਭੱਟੀ ਸਾਹਿਬ ਨੇ ਕਾਰ ਬੜੀ ਪਿਆਰੀ ਔਰ ਬੜੀ ਖੂਬਸੂਰਤ ਦਾਵਤ ਜੀ ਅੱਜ ਨੀ ਰਿਐਕਸ਼ਨ ਵੀਡੀਓ ਤੁਸਾਂ ਕੀ ਦੱਸੀ ਹੈ ਉਸਮਾਨ ਆਜ਼ਮ ਅਫੀਸ਼ੀਅਲ ਯੂਟਿਊਬ ਚੈਨਲ ਸਾਰੇ ਬੜੇ ਪਿਆਰੇ ਦੋਸਤ ਪਾਈਏ ਇਹਨਾਂ ਨੇ ਯੂਟਿਊਬ ਚੈਨਲ ਉੱਪਰ ਇਹ ਵੀਡੀਓ ਵੀ ਮੌਜੂਦ ਹੈ ਔਰ ਬਾਕੀ ਜਨਾਬ ਅਸਾਂ ਕੋਸ਼ਿਸ਼ ਕੀਤੀ ਕਿ ਆਪਣੇ ਤੱਕਣੇ ਵਾਲਿਆਂ ਕੀ ਦੱਸਿਆ ਜਾਏ ਜੀ ਜਨਾਬ ਭੱਟੀ ਅਜ਼ਹਰ ਸਾਹਿਬ ਸਿਆਖ ਵਾਲੇ ਬਿਲਕੁਲ ਜਨਾਬ ਪੈਂਥਰ ਗਰੁੱਪ ਕਸ਼ਮੀਰ ਇਹ ਗਰੁੱਪ ਸਾਰਾ ਉੱਥੇ ਮੌਜੂਦ ਸੀ ਅਤੇ ਅਸਾਂ ਤੁਸਾਂ ਕਿ ਇਹ ਰਿਐਕਸ਼ਨ ਵੀਡੀਓ ਪਰ ਇੱਥੇ ਦੱਸੀ ਹੈ ਉਮੀਦ ਕਰਸਾਂ ਜੀ ਅੱਜ ਨੀ ਵੀਡੀਓ ਤੁਸਾਂ ਕੀ ਪਸੰਦ ਆਈ ਹੋ ਸੀ ਹੈ ਮਿਲਸਾਂ ਇੱਕ ਨਵੀਂ ਵੀਡੀਓ ਨਾਲ ਆਪਣੇ ਮੇਜ਼ਬਾਨ ਨੂੰ ਮਾਣ ਸ਼ੌਕਤ ਕੀਤੀ ਹੋ ਇਜਾਜ਼ਤ ਅੱਲਾ ਹਾਫਿਜ਼